समझो खालसा का मतलब सच होता है, प्योर होता है। डोंट ट्राई टू मैनिपुलेट द इनोसेंट पंजाबी पीपल। यू गाइस थिंक वी आर फूल, वी आर द पीपल बिकॉज ऑफ होम यू गेट द फूड इन योर प्लेट्स, ओके? एंड ट्राई टू रिमेंबर दैट वी आर द पीपल। जे असी तुहानू लगदा ना असी रोटी खाने तुसी पीजे खांदे हो, पुत थोड़े पीजे भी साडे मक्के नाल साडे मैदे नाल बनदे। जे जे किसान ने मक्का ते मैदा खाना बंद करता ना तो तुहाडे पीजे बर्गर भी खत्म हो जाने जे। ते इस करके डोंट ट्राई टू मैनिपुलेट द इनोसेंट पंजाबी पीपल। मैं सारे वीरां नूं बेनती करदा जी चैनल चैनल नाम ले दो क्योंकि लोग मैं देखो जी तुहानू डर हैगा, आपां टैक्स पे करदे आ, असीं किसान हैगे आ, असीं किसानां दे पुत हैगे आ, असीं टैक्स पे करदे आ। ए तीन चैनल दे जी न्यूज रिपब्लिक आज तक इको साहब मैडम हैगी बड़ी सोहनी सनखी रब नु समत बखे सचे पातशाह ओनू अकल दे अंजना ओम कश्यप ओ बीबी पता नहीं की बोलदी है। वाहिगुरु तेरे भी बच्चे हैगे रे, तू भी मर जाने बीबी। ओ शर्म कर शर्म, तू सदा वास्ते यू आर नॉट इमोर्टल, यू हैव टू डाई वंस, यू हैव टू लिव वंस। देखो तुसी जिंदगी च आए हो, दिस इज अ जर्नी ऑफ अ ट्रेन। जेड़ा इस जर्नी च आया उन्हें जाना है, जो आए सो चल सी। साडा बाबा कह गया सी 550 साल पहला, तुहानू हजे तक अकल नहीं आई। ਤੁਸੀਂ ਕਹਿੰਦੇ ਹੋ ਸਾਇੰਸ ਨੇ ਇਹ ਖੋਜ ਕੀਤੀ, ਕੱਖ ਨਹੀਂ ਕੀਤਾ। ਬਾਬਾ ਤਾਂ ਪਹਿਲੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਲੱਗਦਾ ਕਿਹਾ ਜੀ ਕਰਾ ਕੌਣ ਰਿਹਾ ਇਹਨਾਂ ਮੀਡੀਆ ਤੋਂ, ਕਿਹਨਾਂ ਦੇ ਇਹ ਗੋਦੀ ਮੀਡੀਆ ਹੈ ਜੀ, ਇਹਨਾਂ ਦੇ ਸਿਰ ਤੇ ਡੰਡਾ ਜੇ। ਇਹ ਸੱਚੀ ਗੱਲਾਂ ਦਿਖਾ ਨਹੀਂ ਸਕਦੇ। ਇਹ ਜਿਸ ਦਿਨ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਰਿਹਾ ਜੇ, ਜਿਸ ਦਿਨ ਇਹ ਸਭ ਤੋਂ ਪਹਿਲੇ ਇੱਥੇ ਸਾਡਾ ਚੱਕਾ ਜਾਮ ਹੋਇਆ ਜੇ, ਇਹਨਾਂ ਨੇ ਆ ਕੇ ਕਿਹਾ ਕਿਸਾਨੋਂ ਨੇ ਪੁਲਿਸ ਵਾਲੇ ਕੋ ਕੁਚਲਨੇ ਕੀ ਕੋਸ਼ਿਸ਼ ਕੀਤੀ। ਮੈਂ ਕਹਿੰਦਾ ਫਿੱਟੇ ਲਾਨਾ ਤਾਂ ਤੁਹਾਡੇ ਤੇ। ਆ ਦੇਖੋ ਤੁਹਾਡੇ ਰੱਬ ਦੇ ਪੁੱਤ ਇੱਥੇ ਲੰਗਰ ਛਕਾ ਰਹੇ ਜੇ, ਰੋਟੀਆਂ। ਮੈਡਮ ਹੈਵ ਯੂ ਸੀਨ ਦਾ ਕਿ ਕੈਸਾ ਕੈਸੀ ਸਰਾਉਂਡਿੰਗ, ਆਪ ਬਤਾਈ, ਆਪ ਰਿਪੋਰਟਰ ਹੈ, ਆਪ ਸੇ ਕਿਸੀ ਨੇ ਬਦਤਮੀਜ਼ੀ ਕਰੀ ਯਹਾਂ ਪੇ? ਹਮਕੋ ਵੀ ਕਿਸੀ ਨੇ ਜੋ ਜਨਮ ਦਿਆ ਹੈ ਵੋ ਔਰਤ ਥੀ, ਸ਼ੀ ਵਾਜ਼ ਅ ਲੇਡੀ, ਸਾਡੀ ਮਾਂ ਸੀਗੀ। ਸਾਡੀ ਮਾਵਾਂ ਨੇ ਤਾਂ ਆਪਣੇ ਬੱਚੇ ਆਪ ਕੁਰਬਾਨ ਕਰਤੇ, ਤੇ ਤੁਸੀਂ ਕਹਿ ਰਹੇ ਹੋ ਅਸੀਂ ਕਰੈਕਟਰ ਦੇ ਸਲੋਕ ਹੈਗੇ ਆ। ਸ਼ਰਮ ਕਰੋ ਗੋਦੀ ਮੀਡੀਆ, ਸ਼ਰਮ ਕਰੋ, ਸ਼ਰਮ ਕਰੋ, ਤੁਸੀਂ ਡੁੱਬ ਕੇ ਮਰ ਜਾਓ। ਤੁਸੀਂ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਮੈਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜੇ ਵੀਰੋ, ਤੁਸੀਂ ਬੜੇ ਭੋਲੇ ਜੇ, ਇਹਨਾਂ ਤਿੰਨ ਚੈਨਲਾਂ ਨੂੰ ਉੱਚੀ ਕਰੋ ਬਈ, ਉੱਚੀ ਕਰੋ ਸਾਰੇ ਇਹਨਾਂ ਵੀਰ ਜੀ, ਉੱਚੀ ਕਰੇ ਇਹਨਾਂ ਤਿੰਨ ਚੈਨਲਾਂ ਨੂੰ, ਇਹਨਾਂ ਨੂੰ ਕੋਈ ਇੰਟਰਵਿਊ ਨਾ ਦਿਓ, ਇਹਨਾਂ ਦਾ ਬਾਇਕਾਟ ਕਰ ਦਿਓ, ਇਹਨਾਂ ਨਾਲ ਮੂੰਹ ਮੋੜ ਲਓ। ਇੱਕੋ ਬੰਦਾ ਹੈਗਾ ਗੰਦਾ ਜੇ, ਹੁਣੇ ਮਹਾਰਾਸ਼ਟਰ ਨੇ ਠੋਕਿਆ ਸੀਗਾ ਅਰਨਬ ਗੋਸਵਾਮੀ, ਉਹ ਬੜਾ ਗੰਦਾ ਬੰਦਾ ਜੇ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਕਹਿੰਦਾ ਕਹਿੰਦਾ ਇਹ ਕਿਸਾਨ ਉਗਰ ਪ੍ਰਦਰਸ਼ਨ ਕਰ ਰਿਹਾ। ਸ਼ੇਮ ਔਨ ਯੂ ਅਰਨਬ ਗੋਸਵਾਮੀ, ਯੂ ਸ਼ੇਮ ਔਨ ਯੂ, ਤੇਰੇ ਨਾਲ ਜੋ ਹੋਇਆ ਮਹਾਰਾਸ਼ਟਰ ਬਿਲਕੁਲ ਠੀਕ ਹੋਇਆ। ਤੂੰ ਗੰਦਾ ਬੰਦਾ, ਤੂੰ ਕਿਸਾਨਾਂ ਦੀ ਬੜਾਈ ਹੋ ਰੋਟੀ ਖਾਂਦਾ, ਇਹ ਸ਼ਰਮ ਕਰੋ। ਮੈਂ ਸਾਰੇ ਨੂੰ ਬਾਰ ਬਾਰ ਫਿਰ ਇਹੀ ਕਹਿਣਾ ਚਾਹੁੰਦਾ, ਇਹਨਾਂ ਚੈਨਲਾਂ ਤੋਂ ਵੀਰੋ ਬਚ ਕੇ ਰਹੋ। ਦੇ ਆਰ ਟ੍ਰਾਇੰਗ ਟੂ ਮੈਨੀਪੁਲੇਟ ਦ ਐਕਚੁਅਲ ਕੌਜ਼, ਠੀਕ ਹੈ? ਜਿੰਨਾ ਹੋ ਸਕਦਾ ਮੈਨੂੰ ਭਾਵੇ ਤੁਹਾਨੂੰ ਲੱਗਦਾ ਨਾ ਵੀ ਆਪਾਂ ਆਪਣੇ ਵਾਇਰਲ, ਸਾਨੂੰ ਵਾਇਰਲ ਨਹੀਂ, ਆਪ ਬੋਰਡ ਫੜ ਲਓ, ਆਪ ਗੱਲ ਕਰੋ, ਆਪ ਦਿਖਾਓ, ਆਪਣੀ ਫੋਟੋ ਖਿੱਚ ਕੇ ਭਾਵੇ ਆਪਣੇ ਪਿੰਡਾਂ ਨੂੰ ਭੇਜ ਦਿਓ, ਆਪਣੇ ਬੰਦਿਆਂ ਨੂੰ ਭੇਜ ਦਿਓ, ਇਹਨਾਂ ਚੈਨਲਾਂ ਨੂੰ ਵੀਰੋ, ਇਹਨਾਂ ਚੈਨਲਾਂ ਨੂੰ ਕੋਈ ਇੰਟਰਵਿਊ ਨਾ ਦਿਓ। ਮੈਂ ਇਸੇ ਕਰਕੇ ਇੰਗਲਿਸ਼ ਚ ਵੀ ਲਿਖ ਕੇ ਲਿਆਇਆ, ਹਿੰਦੀ ਚ ਵੀ ਲਿਖ ਕੇ ਲਿਆਇਆ, ਮੈਂ ਪੰਜਾਬੀ ਚ ਵੀ ਲਿਖ ਕੇ ਲਿਆਇਆ, ਔਰ ਮੈਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਇੰਗਲਿਸ਼ ਇਜ਼ ਜਸਟ ਅ ਲੈਂਗੁਏਜ, ਇਟ ਇਜ਼ ਨਾਟ ਦ ਮੇਜਰਮੈਂਟ ਆਫ ਇੰਟੈਲੀਜੈਂਟ ਸਕਸੈਸ। मैं फिर एक गल और कहना चाहना, आई कैन टॉक इन इंग्लिश एज वेल, मुझे हिंदी भी आती है, पर मैं पंजाबी बोलूंगा, मेरी माँ बोली पंजाबी है, मेरी माँ बोली पंजाबी। हूँ गोदी मीडिया नूं समझ लेना चाहिए कि किसान हूँ बोर्ड लेके थोड़ा जिहड़ा विरोध कर रहे ने, हूँ जे कोई गोदी मीडिया इत्थे आंदा है।